ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੀਆਂ ਜਾਣਕਾਰੀ ਸਾਂਝੀ ਕਰਾਂਗੇ ਪੋਟਾਸ਼ ਤੱਤ ਇਹਦਾ ਮਹੱਤਵ ਕੀ ਹੈ ਤੇ ਪੋਟਾਸ਼ ਕਿਉਂਕਿ ਜਿਹੜੀ ਮਿਊਰਟ ਆਫ ਪੋਟਾਸ਼ ਸੀ 60% ਵਾਲੀ ਪੋਟਾਸ਼ ਉਹਦਾ ਰੇਟ ਵਧਿਆ ਹੈ ਉਹਦਾ ਰੇਟ ਤਕਰੀਬਨ ਇੱਕ ਬੈਗ ਦਾ 50 ਕਿਲੋ ਵਾਲੇ ਦਾ 1700 ਰੁਪਏ ਪ੍ਰਤੀ ਬੈਗ ਜਿਹੜਾ ਹੋ ਗਿਆ ਤੇ ਇੱਕ ਆਉਂਦੀ ਹੈ ਪੋਟਾਸ਼ ਡਰਾਈਵਡ ਫਰੋਮ ਮਲੇਸੇ 14.5% ਉਹ 'ਚ ਪੋਟਾਸ਼ ਤੱਤ ਹੁੰਦਾ ਹੈ ਉਹ 7-800 ਰੁਪਏ ਦੇ ਕਰੀਬ ਆ ਕੋਈ ਵੱਧ ਘੱਟ ਹੋ ਸਕਦਾ ਰੇਟ ਉਹ ਵੱਖ-ਵੱਖ ਕੰਪਨੀਆਂ ਦੇ ਵੱਖ-ਵੱਖ ਰੇਟ ਹੈ ਜਿਹੜਾ ਇਹ ਮਿਊਰੋਟ ਆ ਪोटाश 60% ਵਾਲਾ ਇਹਦਾ ਰੇਟ ਜਿਹੜਾ ਹੈਗਾ ਫਿਕਸ ਹੁੰਦਾ ਸੋ ਉਹਦੇ ਵਿੱਚ ਜਿਹੜਾ ਪੂਰੀ ਜਾਣਕਾਰੀ ਆਪਾਂ ਸਾਂਝੀ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆ ਦਾ ਬਟਨ ਦਬਾ ਦਿਓ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਪोटाਸ਼ ਤੱਤ ਦਾ ਮਹੱਤਵ ਜੇ ਆਪਾਂ ਗੱਲ ਕਰੀਏ ਉਹ ਪਹਿਲਾਂ ਵੀ ਤੁਹਾਡੇ ਨਾਲ ਵੀਡੀਓ ਚ ਜ਼ਿਕਰ ਕਰਦਾ ਰਹਿੰਦਾ ਕਿ ਬੂਟੇ ਦੀਆਂ ਸ਼ੁਰੂ ਤੋਂ ਜੜ੍ਹਾਂ ਲਾਉਣ ਤੋਂ ਲੈ ਕੇ ਤੇ ਉਸ ਤੋਂ ਬਾਅਦ ਫਟਾਰਾ ਹੋਣਾ ਗਰੋਥ ਹੋਣੀ ਨਾਈਟrogen ਦੇ ਨਾਲ ਨਾਲ ਨਾਈਟrogen ਤੋਂ ਬਾਅਦ ਜਿਹੜਾ ਹੈਗਾ ਪੋਟਾਸ਼ ਤੱਤ ਦਾ ਮਹੱਤਵ ਹੈ ਬਿਮਾਰੀਆਂ ਤੋਂ ਕੀੜੇ ਮਕੌੜਿਆਂ ਤੋਂ ਬੂਟਿਆਂ ਨੂੰ ਬਚਾਉਣਾ ਸਟ੍ਰੈਸ ਤੋਂ ਬਚਾਉਣਾ ਜੇ ਪਾਣੀ ਦੀ ਘਾਟ ਪੈਂਦੀ ਆ ਉਸ ਤੋਂ ਬਾਅਦ ਜਦੋਂ ਬੂਟਾ ਜਿਹੜਾ ਹੈਗਾ ਗੋਭ ਤੇ ਆ ਜਾਂਦਾ ਹੈ ਮੁੰਜਰੇ ਨਿਕਲਦੀਆਂ ਨੇ ਫਲਾਵਰਿੰਗ ਹੋਣੀ ਆ ਤਾਂ ਪੋਟਾਸ਼ ਤੱਤ ਉਸ ਟਾਈਮ ਤੇ ਪੋਲੀਨੇਸ਼ਨ ਨੂੰ ਜਿਹੜਾ ਕੰਪਲੀਟ ਕਰਨ ਦੇ ਵਿੱਚ ਪੌਲਨ ਨੂੰ ਸਟਰੈਂਥ ਦੇਣ ਚ ਤਾਂ ਕਿ ਜਿਹੜਾ ਦਾਣਾ ਪੂਰਾ ਭਰੇ ਦਾਣੇ ਦਾ ਭਾਰ ਵਧੇ ਤੇ ਫੋਕ ਨਾ ਪਵੇ ਇਹਦੇ ਵਿੱਚ ਪੋਟਾਸ਼ ਤੱਤ ਦਾ ਬਹੁਤ ਮਹੱਤਵ ਹੁੰਦਾ ਹੈ ਖਾਸ ਤੌਰ ਤੇ ਜਿਵੇਂ ਫਸਲ ਨੂੰ ਢਿੱਗਣ ਤੋਂ ਬਚਾਉਣ ਚ ਤਣੇ ਨੂੰ ਜਿਹੜਾ ਹੈਗਾ ਮਜ਼ਬੂਤੀ ਦੇਣੀ ਤੇ ਮਗਰੋਂ ਆ ਕੇ ਕਈ ਵਾਰ ਕਿਸਾਨ ਵੀਰਾਂ ਦਾ ਇਹ ਜਿਹੜਾ ਹੈਗਾ ਸਵਾਲ ਹੁੰਦਾ ਕਿ ਸਾਡੀ ਫਸਲ ਮਗਰੋਂ ਆ ਕੇ ਬੈਠ ਜਾਂਦੀ ਕਈ ਵਾਰ ਕਿਉਂਕਿ ਜੇ ਪੋਟਾਸ਼ ਤੱਤ ਦੀ ਜ਼ਿਆਦਾ ਘਾਟ ਆ ਤਾਂ ਬੂਟੇ ਨੂੰ ਜਿਹੜੇ ਹੈਗੇ ਆ ਉਲੀ ਰੋਗ ਦਾ ਹਮਲਾ ਕਾਫੀ ਹੋ ਜਾਂਦਾ ਹੈ ਉਹਦੇ ਉਲੀ ਰੋਗ ਦੇ ਹੋਰ ਵੀ ਕਈ ਕਾਰਨ ਹੁੰਦੇ ਮੌਸਮ ਹੁੰਦਾ ਜਾਂ ਜਿੱਥੇ ਪਿਛਲੇ ਸਾਲਾਂ ਚ ਬਿਮਾਰੀਆਂ ਉਹਦੇ ਸਪੋਰ ਪਏ ਹੋਣਾ ਪोटाश ਤੱਤ ਵੀ ਜਿਹੜਾ ਬਿਮਾਰੀਆਂ ਕੀੜੇ ਮਕੌੜਿਆਂ ਨਾਲ ਲੜਨ ਦੀ ਬੂਟੇ ਨੂੰ ਸਮਰੱਥਾ ਜਿਹੜੀ ਹੈਗੀ ਉਹ ਦਿੰਦਾ ਹੈ ਤਾਂ ਜੇ ਆਪਾਂ ਗੱਲ ਕਰੀਏ ਪोटाश ਕਿਹੜੀ ਪਾਉਣੀ ਕਿਉਂਕਿ ਪोटाਸ਼ ਦਾ ਜਿਹੜਾ 60% ਵਾਲੀ ਪोटाਸ਼ ਹੈ ਮੈਜੋਰ ਟੋਪ ਪोटाਸ਼ ਉਹਦਾ ਰੇਟ ਹੋ ਗਿਆ 1700 ਰੁਪਏ ਜਿਹੜੀ ਆਮ ਬਾਇਓ ਪोटाਸ਼ ਕਰਕੇ ਕਈ ਕਿਸਾਨ ਵੀਰਾਂ ਨੂੰ ਮਿਲਦੀ ਹੈ ਜਾਂ ਕਈ ਕਿਸਾਨ ਵੀਰਾਂ ਨੂੰ ਜਿਹੜੀ ਪोटाਸ਼ ਡਰਾਈਵ ਤੋਂ ਬਲੇਸ 14.5% ਬਾਇਓ ਪोटाਸ਼ ਚ ਵੱਖ-ਵੱਖ ਪਰਸੈਂਟੇਜ ਹੁੰਦੀ ਹੈ ਆ 12 14 ਪਰਸੈਂਟ ਤੋਂ ਲੈ ਕੇ 16 17 ਤੱਕ ਉਹਦੇ ਵਿੱਚ ਪोटाश ਤੱਤ ਹੋ ਸਕਦਾ ਹੈ ਜੇ ਆਪਾਂ ਗੱਲ ਕਰੀਏ ਝੋਨੇ ਦੀ ਬਾਸਮਤੀ ਦੀ ਤਾਂ ਝੋਨੇ ਦੀ ਫਸਲ ਦੇ ਵਿੱਚ ਆਪਾਂ ਨੂੰ ਜਾਂ ਬਾਸਮਤੀ ਦੀ ਮਿੱਟੀ ਪਰਖ ਅਧਾਰ ਤੇ ਪोटाश ਤੱਤ ਪਾਉਣਾ ਚਾਹੀਦਾ ਤੇ ਜਰੂਰ ਹੀ ਪਾਉਣਾ ਚਾਹੀਦਾ ਬਹੁਤ ਸਾਰੇ ਕਿਸਾਨ ਵੀਰ ਆ ਜਿਹੜੇ ਉਹ ਪोटाश ਤੱਤ ਨੂੰ ਅਣਗੌਲਿਆ ਕਰਦੇ ਆ ਤੇ ਕਾਫੀ ਕਿਸਾਨ ਵੀਰ ਆ ਜਿਹੜੇ ਪोटाश ਤੱਤ ਪਾਉਂਦੇ ਆ ਲਾਜ਼ਮੀ ਤੇ ਉਹਨਾਂ ਨੂੰ ਰਿਜ਼ਲਟ ਵੀ ਵਧੀਆ ਨਤੀਜੇ ਵੀ ਮਿਲਦੇ ਆ ਝਾੜ ਵਧੀਆ ਮਿਲਦਾ ਹੈ ਕਿਉਂਕਿ ਜੇ ਤੁਸੀਂ ਮਿੱਟੀ ਪਰਖ ਕਰਾਈ ਤੇ ਤੁਹਾਨੂੰ ਪਤਾ ਲੱਗ ਜਾਣਾ ਕਿ ਇਹਦੇ ਵਿੱਚ ਜਿਹੜਾ ਪੋਟਾਸ਼ ਤੱਤ ਕਿੰਨਾ ਕੁ ਹੈਗਾ ਤੇ ਜ਼ਿਆਦਾਤਰ ਕਿਸਾਨ ਵੀ ਜਦੋਂ ਮਿੱਟੀ ਪਰਖ ਕਰਾਉਂਦੇ ਕਿਉਂਕਿ ਆਪਾਂ ਪੋਟਾਸ਼ ਤੱਤ ਜ਼ਿਆਦਾਤਰ ਬਹੁਤੇ ਕਿਸਾਨ ਵੀਰ ਪਾਉਂਦੇ ਨਹੀਂ ਤੇ ਪੋਟਾਸ਼ ਤੱਤ ਦੀ ਘਾਟ ਲਾਜ਼ਮੀ ਆਉਂਦੀ ਹੈ ਤੇ ਜੇ ਆਪਾਂ ਮਿੱਟੀ ਪਰਖ ਨਹੀਂ ਕਰਾਈ ਤਾਂ ਫਿਰ ਝੋਨੇ ਦੀ ਫਸਲ ਦੇ ਵਾ ਜਿਹੜੀ ਸਫਾਰਸ਼ ਹੈ ਪੀਏ ਲੁਧਿਆਣਾ ਵੱਲੋਂ ਉਹ ਹੈਗੀ ਆ 20 ਕਿਲੋ ਮੀਟਰ ਟੋਪ ਪੋਟਾਸ਼ 60% ਵਾਲੀ ਜਿਸ ਚੋਂ 12 ਕਿਲੋ ਜਿਹੜਾ ਪਿਓਰ ਜਿਹੜਾ ਪੋਟਾਸ਼ ਤੱਤ ਮਿਲ ਜਾਂਦਾ ਤੇ ਬਾਸਮਤੀ ਦੇ ਵਿੱਚ ਤੁਸੀਂ ਮਿੱਟੀ ਪਰਖ ਆਧਾਰ ਤੇ ਜਾਂ ਇਸ ਤੋਂ ਅੱਧੀ ਪਾ ਸਕਦੇ ਹੋ ਕਿਉਂਕਿ ਬਾਸਮਤੀ ਨੂੰ ਜਿਹੜੀ ਖਰਾਕ ਦੀ ਘੱਟ ਜ਼ਰੂਰਤ ਹੁੰਦੀ ਹੈ ਤਾਂ ਤੁਸੀਂ ਜਿਹੜੀ ਮਿਊਰੇਟ ਆਫ ਪੋਟਾਸ਼ ਆਉ 10 ਕਿਲੋ ਤੱਕ ਪਾ ਸਕਦੇ ਆ ਜੀਚੋ ਜਿਹੜਾ ਹੈ ਤਕਰੀਬਨ 6 ਕਿਲੋ ਜਿਹੜਾ ਪੋਟਾਸ਼ ਤੱਤ ਪਿਓਰ ਉਹ ਮਿਲ ਜਾਂਦਾ ਤੇ ਜੇ ਆਪਾਂ ਗੱਲ ਕਰੀਏ ਜਿਹੜੀ ਪੋਟਾਸ਼ ਡਰਾਈਵਡ ਫਰਮ ਲੈਸਸ ਹੈ ਜੀਚੋ 14.5% ਜਿਹੜੇ ਪੋਟਾਸ਼ ਤੱਤ ਮਿਲਦਾ ਉਹਦਾ 7-800 ਰੁਪਏ ਤਕਰੀਬਨ ਜਿਹੜਾ ਰੇਟ ਹੋਊਗਾ ਵੱਧ ਘੱਟ ਹੋ ਗਿਆ ਹੋਵੇ ਤਾਂ ਕੋਈ ਪਤਾ ਨਹੀਂ ਹੈ 7-800 ਦੇ ਕਰੀਬ ਜਿਹੜਾ ਹੈਗਾ ਤਾਂ ਬੈਗ 50 ਕਿਲੋ ਦਾ ਮਿਲਦਾ ਤਾਂ ਇਹਦੇ ਵਿੱਚ ਜੇ ਆਪਾਂ ਪੂਰਾ ਪोटाश ਤੱਤ ਜਿਹੜਾ ਮਿਊਰੋਟੋਪ ਪोटाश 60% ਵਾਲੀ ਪोटाਸ਼ ਦੇ ਬਰਾਬਰ ਪोटाश ਤੱਤ ਦੇਣਾ ਤਾਂ ਫਿਰ ਆਪਾਂ ਨੂੰ ਇਹ ਤਕਰੀਬਨ 80 ਕਿਲੋ ਪਾਉਣੀ ਪੈਂਦੀ ਹੈ ਜਿਹੜੀ ਕਿ ਅ 1200 ਰੁਪਏ ਦੇ ਕਰੀਬ ਤੁਹਾਨੂੰ 12-1300 ਰੁਪਏ ਦੇ ਕਰੀਬ ਪਊਗੀ ਤੇ ਜੇ ਤੁਸੀਂ ਪਾਉਣੇ ਮਿਊਰੋਟੋਪ ਪोटाਸ਼ ਬਲੈਂਕਟ ਮਤਲਬ ਮਿੱਟੀ ਪਰਕਰਾਈ ਤੋਂ ਬਿਨਾ 20 ਕਿਲੋ ਮੀਟਰ ਟੋਨ ਪੋਟਾਸ਼ ਪਾਉਣੇ ਆ ਤਾਂ ਫਿਰ ਤੁਹਾਨੂੰ ਜਿਹੜੀ ਹੈਗੀ ਉਹ ਤਕਰੀਬਨ ਜਿਹੜੀ 700 750 ਰੁਪਏ ਦੀ ਇੰਨੇ ਕ ਦੀ ਪਾਏਗੀ ਤੇ ਜਿਹੜਾ ਪੋਟਾਸ਼ ਤੱਤ ਉਹ ਜਿਹੜਾ ਹੈਗਾ ਵਧੀਆ ਜਿਹੜਾ ਕੁਆਂਟੀਟੀ ਦੇ ਵਿੱਚ ਅਵੇਲੇਬਲ ਹੁੰਦਾ ਪੋਟਾਸ਼ ਡਰਾਈਵਡ ਫਰੋਮ ਲੈਸ ਜੇ ਤੁਹਾਨੂੰ ਵਧੀਆ ਸੋਰਸ ਤੋਂ ਮਿਲਦੀ ਤੁਸੀਂ ਉਹ ਪਾਉਣੀ ਚਾਹੁੰਦੇ ਹੋ ਤਾਂ ਉਹ ਪਾ ਸਕਦੇ ਹੋ ਜਾਂ ਕਈ ਕੋਈ ਬਾਇਓ ਪੋਟਾਸ਼ ਨਾਂ ਤੇ ਮਿਲਦਾ ਹੈ ਕਿ ਕਿਉਂਕਿ ਜਿਹੜਾ ਹੈਗਾ ਆਮ ਤੌਰ ਤੇ ਝੋਨੇ ਦੀ ਜਿਹੜੀ ਫਸਲ ਦੇ ਵੇਲੇ ਕਾਫੀ ਜਿਹੜੇ ਐਕਟੀਵੇਟ ਹੋ ਜਾਂਦੇ ਆ ਜਿਹੜੇ ਵੇਚਣ ਵਾਲੇ ਟੈਂਪਰੇਰੀ ਤੌਰ ਤੇ ਤਾਂ ਇਹ ਚੀਜ਼ਾਂ ਤੋਂ ਵੀ ਆਪਾਂ ਨੂੰ ਬਚਣਾ ਚਾਹੀਦਾ ਜਿਹੜਾ ਵਧੀਆ ਸੋਰਸ ਤੋਂ ਖਾਸ ਤੌਰ ਤੇ ਤੁਸੀਂ ਜਿਵੇਂ ਕੋਆਪਰੇਟਿਵ ਸੁਸਾਇਟੀਆਂ ਤੋਂ ਜਾਂ ਇਸਕੋ ਆ ਜਿਹੜਾ ਇੰਡੀਅਨ ਫਾਰਮਰ ਫਰਟੀਲਾਈਜ਼ਰ ਕੋਆਪਰੇਟਿਵ ਲਿਮਟਿਡ ਜਿਹੜਾ ਸੈਂਟਰ ਗਵਰਨਮੈਂਟ ਦਾ ਅਦਾਰਾ ਜਾਂ ਕਰਿਬਕੋ ਇਹਨਾਂ ਤੋਂ ਜੇ ਤੁਹਾਨੂੰ ਜਿਹੜੀ ਮੀਰੋਟ ਆ ਪੋਟਾਸ਼ ਮਿਲਦੀ ਆ ਤਾਂ ਉਹ ਵੀ ਬਹੁਤ ਵਧੀਆ ਗੱਲ ਹੈ ਕਿਉਂਕਿ ਉਹ ਆਪਾਂ ਨੂੰ 7-800 ਦੀ ਪਾਉਗੀ ਜੇ ਆਪਾਂ 20 ਕਿਲੋ ਪਾਉਣੇ ਆ ਤਾਂ ਇਹ ਇਹ ਤੋਂ ਵੀ ਘੱਟ ਪਾਉਗੇ ਤੇ ਦੂਸਰੀ ਆਪਾਂ ਨੂੰ ਮਿਊਰਟ ਆਫ ਪੋਟਾਸ਼ ਜਿਹੜੀ ਸਾਢੇ ਸੌਰੀ ਪੋਟਾਸ਼ ਡਰੈਫਟ ਫਾਰਮੂਲੇਸ ਜੀ ਸਾਢੇ 14% ਆਉਂਦੀ ਆ ਆਮ ਤੌਰ ਤੇ ਤੁਹਾਨੂੰ ਹੁਣ ਉਹੀ ਮਿਲ ਰਹੀ ਹੋਵੇਗੀ ਕਿਉਂਕਿ ਕਿਸਾਨ ਵੀਰ ਜਿਹੜਾ ਗੱਟਾ 1700 ਸੁਣ ਕੇ ਕਹਿੰਦੇ ਕਿ ਮਹਿੰਗਾ ਪਰ ਉਹ ਪੈਣਾ ਕਿੰਨਾ 2.5 ਕਿਲਿਆਂ ਦਾ ਇੱਕ ਗੱਟਾ ਪੈਣਾ ਤੇ ਦੂਸਰਾ ਜਿਹੜਾ ਸਾਢੇ 14 ਆਲਾ ਜਾਂ ਆਮ ਤੌਰ ਤੇ ਜੀਚ 10 12 14 16 18% ਹੁੰਦਾ ਉਹ ਤਕਰੀਬਨ ਆਪਾਂ ਨੂੰ ਡੇਢ ਗੱਟਾ ਡੇਢ ਗੱਟੇ ਤੋਂ ਲੈ ਕੇ ਤੇ ਪੌਣੇ 2 ਗੱਟਿਆਂ ਤੱਕ ਪਾਉਣੇ ਪੈਣਗੇ ਤਾਂ ਇਹ حساب ਨਾਲ ਤੁਸੀਂ ਇਕਨੋਮਿਕਸ ਵੀ ਦੇਖੋ ਤਾਂ ਇਹ ਫਰਕ ਹੈ ਕਿਉਂਕਿ ਕਿਸਾਨ ਵੀਰ ਪੁੱਛਦੇ ਹੁੰਦੇ ਆ ਕਿ ਜਿਹੜੀ ਪोटाश ਅਸੀਂ ਕਿਹੜੀ ਪਾਈਏ ਪਾਓ ਜਿਹੜੀ ਮਰਜ਼ੀ ਇਹ ਲ ਕੰਟੈਂਟ ਤੁਹਾਨੂੰ ਦੱਸਦਾ ਕਿ ਕਿੰਨੀ ਕਿੰਨੀ ਪੈਂਦੀ ਆਮ ਤੌਰ ਤੇ ਜਿਹੜੇ ਹੈਗੇ ਆ ਉਹ 14.5% ਵਾਲੇ ਵੀ ਕਿਸਾਨ ਵੀਰ ਇੱਕ ਗੱਟਾ ਪਾ ਕੇ ਪਾਸੇ ਹੋ ਜਾਂਦੇ ਆ ਪਰ ਉਹ ਚੋਂ ਆਪਾਂ ਨੂੰ ਪੂਰਾ ਤਤ ਨਹੀਂ ਮਿਲਦਾ ਜੇ ਤੁਸੀਂ ਮਿੱਟੀ ਪਰਖ ਵੀ ਨਹੀਂ ਕਰਾਈ ਤਾਂ ਜੇ ਕਰਵਾਈ ਆ ਤਾਂ ਫਿਰ ਤੁਸੀਂ ਜਿਵੇਂ ਦੂਸਰੀ ਮਿਊਰੋਟਾ ਪੋਟਾਸ਼ ਆ ਜੀ ਆਮ ਤੌਰ ਤੇ ਜਿਹੜੀ ਘਾਟ ਆਉਂਦੀ ਉਹ ਤੇ 25 ਕਿਲੋ ਨੂੰ ਰეკਮੈਂਡ ਕਰਦੇ ਆ ਜਿਹੜੀਆਂ ਜ਼ਮੀਨਾਂ 'ਚ ਘਾਟ ਆ ਤਾਂ ਫਿਰ ਤੁਹਾਨੂੰ ਇਹ ਤਕਰੀਬਨ ਦੋ ਗੱਟਿਆਂ ਦੇ ਬਰਾਬਰ ਜਿਹੜੀ ਹੈਗੀ ਪਾਉਣੀ ਪਊ 14.5% ਵਾਲੀ ਹੁਣ ਪਾਉਣੀ ਕਦੋਂ ਆ ਜਿਹੜਾ ਸਹੀ ਸਮਾਂ ਕਿਸਾਨ ਵੀਰੋ ਪੋਟਾਸ਼ ਤਤ ਪਾਉਣ ਦਾ ਉਹ ਤਾਂ ਹੈ ਆਪਾਂ ਜਦੋਂ ਜ਼ਮੀਨ ਤਿਆਰ ਕਰਨੀ ਹੈ ਝੋਨਾ ਲਾਉਣ ਵਾਸਤੇ ਜਾਂ ਜੇ ਸਿੱਧੀ ਬਜਾਈ ਆ ਤਾਂ ਫਿਰ ਜਿਹੜਾ ਤੁਹਾਡੀ ਫਸਲ ਆ ਜਦੋਂ ਮਹੀਨੇ ਤੋਂ ਉੱਪਰ ਹੋ ਜਾਵੇ 35-40 ਦਿਨ ਦੀ ਫਸਲ ਆ ਤਾਂ ਉਦੋਂ ਤੁਸੀਂ ਪਾ ਸਕਦੇ ਹੋ ਜਾਂ ਮਿੱਟੀ ਪਰਖ ਅਧਾਰ ਤੇ ਤੁਸੀਂ ਮਿੱਟੀ ਪਰਖ ਕਰਵਾਈ ਹੈ ਤਾਂ ਤੁਸੀਂ ਖੇਤ ਤਿਆਰ ਕਰਨ ਸਮੇਂ ਵੀ ਪਾ ਸਕਦੇ ਹੋ ਤੇ ਜਿਹੜੀ ਜਿਹੜਾ ਤੁਸੀਂ ਕਦੂ ਕਰਕੇ ਝੋਨਾ ਲਾਉਣਾ ਹੈ ਜਾਂ ਬਾਸਮਤੀ ਲਾਉਣੀ ਹੈ ਤਾਂ ਫਿਰ ਤੁਸੀਂ ਜਿਹੜੀ ਜ਼ਮੀਨ ਤਿਆਰ ਕਰਨ ਤੋਂ ਲੈ ਕੇ ਵਾਉਣ ਤੋਂ ਲੈ ਕੇ ਉਦੋਂ ਬਾਅਦ ਕੱਦੂ ਕਰਨ ਵੇਲੇ ਤੱਕ ਪਾ ਸਕਦੇ ਹਾਂ ਉਹਦਾ ਸਭ ਤੋਂ ਵਧੀਆ ਤੁਹਾਨੂੰ ਨਤੀਜਾ ਮਿਲੂ ਕਿਉਂਕਿ ਬੂਟੇ ਸ਼ੁਰੂਆਤ ਦੇ ਵਿੱਚ ਜਿਹੜੀ ਅਪਟੇਕ ਕਰਨੀ ਸ਼ੁਰੂ ਕਰ ਦੇਣਗੇ ਜੇ ਉਦੋਂ ਆਪਾਂ ਨਹੀਂ ਪਾਉਂਦੇ ਤਾਂ ਫਿਰ ਆਪਾਂ ਜਿਹੜਾ ਹੈਗਾ ਜਦੋਂ ਤੱਕ ਫਸਲ ਫਟਾਰਾ ਲੈਂਦੀ ਹੈ ਉਦੋਂ ਤੱਕ ਪਾ ਸਕਦੇ ਹਾਂ ਪਰ ਬੈਸਟ ਤਰੀਕਾ ਇਹ ਹੀ ਹੈ ਕਿ ਤੁਸੀਂ ਲਵਾਈ ਸਮੇਂ ਝੋਨੇ ਦੀ ਲਵਾਈ ਸਮੇਂ ਲਵਾਈ ਤੋਂ ਪਹਿਲਾਂ ਖੇਤ ਤਿਆਰ ਕਰਨ ਸਮੇਂ ਪਾਓ ਜਾਂ ਆਖਰੀ ਕੱਦੂ ਕਰਨ ਵੇਲੇ ਪਾਓ ਪੋਟਾਸ਼ ਤੱਤ ਤਾਂ ਉਹਦਾ ਆਪਾਂ ਨੂੰ ਸਭ ਤੋਂ ਵਧੀਆ ਨਤੀਜਾ ਮਿਲਦਾ ਹੈ ਤੇ ਜਿੱਥੇ ਜ਼ਮੀਨਾਂ 'ਚ ਘਾਟ ਆ ਉਥੇ ਪोटाश ਤੱਤ ਨੂੰ ਇਹ ਫਸਲ ਜਿਹੜੀ ਹੈਗੀ ਝੋਨੇ ਦੀ ਬਾਸਮਤੀ ਦੀ ਇਹ ਰਿਸਪੌਂਸ ਬਹੁਤ ਵਧੀਆ ਕਰਦੇ ਤੇ ਆਪਣੇ ਝਾੜ ਦਾ ਕਾਫੀ ਫਰਕ ਪੈ ਜਾਂਦਾ ਬਹੁਤ ਸਾਰੇ ਕਿਸਾਨ ਵੀਰਾਂ ਨੇ ਇਹ ਇਹ ਜਿਹੜਾ ਅਜਮਾ ਕੇ ਦੇਖਿਆ ਹੋਇਆ ਕਿਉਂਕਿ ਪोटाश ਤੱਤ ਜਿਹੜਾ ਨਾਈਟ੍ਰੋਜਨ ਤੱਤ ਤੋਂ ਬਾਅਦ ਦੂਸਰਾ ਇੰਪੋਰਟੈਂਟ ਮਹੱਤਵਪੂਰਨ ਤੱਤ ਹੈ ਝੋਨੇ ਬਾਸਮਤੀ ਦੀ ਫਸਲ ਦੇ ਵਿੱਚ ਜਿਹੜਾ ਕਿ ਫਸਲ ਦੀ ਚੰਗੇ ਵਾਧੇ 'ਚ ਬਿਮਾਰੀਆਂ ਕੀੜੇ ਮਕੌੜਿਆਂ ਦੇ ਜਿਹੜੇ ਇਹ ਹਮਲੇ ਨੂੰ ਰੋਕਣ ਦੇ ਵਿੱਚ ਫਸਲ ਨੂੰ ਡਿੱਗਣ ਤੋਂ ਬਚਾਉਣ ਦੇ ਵਿੱਚ ਫਸਲ ਦੀ ਫੋਕ ਘਟਾਉਣ ਦੇ ਵਿੱਚ ਪोटाश ਤੱਤ ਦਾ ਬੜਾ ਮਹੱਤਵਪੂਰਨ ਜਿਹੜਾ ਰੋਲ ਹੈ ਸੋ ਇਸ ਕਰਕੇ ਜਿਹੜੀ ਜੇ ਤੁਸੀਂ ਅਜੇ ਜਿਹੜੀ ਮਿੱਟੀ ਪਰਖ ਨਹੀਂ ਕਰਵਾਈ ਤਾਂ ਮਿੱਟੀ ਪਰਖ ਕਰਵਾ ਕੇ ਉਹਦੇ ਆਧਾਰ ਤੇ ਪोटाश ਪਾਓ ਜੇ ਨਹੀਂ ਪਾਈ ਤਾਂ ਫਿਰ ਜਿਹੜੀ ਤੁਹਾਨੂੰ ਮੈਂ ਦੱਸੀ ਆ ਉਸ ਹਿਸਾਬ ਨਾਲ ਪਾ ਸਕਦੇ ਹੋ ਹੋਰ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨ ਦੋਸਤੋ